ਪਵਿੱਤਰ ਹਜ਼ੂਰੀ ਹੈ ਪਰਮੇਸ਼ੁਰ ਦੀ ਉਪਸਥਿਤੀ ਸਾਡੇ ਵਿੱਚ ਆ ਰਿਹਾ ਜ਼ਰੂਰ ਅਸੀਂ ਉਸਦਾ ਡਰ ਭੈ ਮੰਨਦੇ ਹੋਏ ਆਪਣੇ ਆਪ ਨੀਵਾਂ ਕਰਦੇ ਹੋਏ ਅਸੀਂ ਪਰਮੇਸ਼ੁਰ ਦੇ ਰਸੂਲ ਦੇ ਵਿੱਚ ਲੈ ਕੇ ਆਵਾਂਗੇ ਫਿਰ ਵੀ ਉਹ ਕਹਿੰਦੇ ਆ ਫਲ ਨੀਵਿਆਂ ਨੂੰ ਫਲ ਲੱਗਦੇ ਸਿੰਪਲਾਂ ਨੂੰ ਮਾਨ ਨਾ ਕਰੀ ਜਦ ਤੱਕ ਅਸੀਂ ਆਪਣੇ ਆਪ ਨੂੰ ਨੀਵਾਂ ਨਹੀਂ ਕਰਦੇ ਤਾਂ ਪਰਮੇਸ਼ੁਰ ਸਾਡੇ ਜੀਵਨ ਦੇ ਵਿੱਚ ਕੰਮ ਨਹੀਂ ਕਰਦੇ ਜਦ ਤੱਕ ਇੱਕ ਬੀਜ ਜ਼ਮੀਨ ਦੇ ਵਿੱਚ ਬੋਇਆ ਨਹੀਂ ਜਾਂਦਾ ਉਸ ਤੋਂ ਬਾਅਦ ਉਹ ਆਪਣੀ ਤਾਕਤ ਨੂੰ ਖਤਮ ਨਹੀਂ ਕਰਦਾ ਆਪਣੇ ਆਪ ਨੂੰ ਮਾਰਦਾ ਨਹੀਂ ਤਦ ਤੱਕ ਉਸਦੇ ਵਿੱਚੋਂ ਕੋਈ ਬੂਟਾ ਨਹੀਂ ਨਿਕਲਦਾ ਤਦ ਤੱਕ ਉਸਦੇ ਵਿੱਚੋਂ ਕੋਈ ਪੇੜ ਨਹੀਂ ਨਿਕਲਦਾ ਇੱਕ ਛੋਟੇ ਦੇ ਬੀਜ ਦੇ ਵਿੱਚ ਪੂਰਾ ਪੇੜ ਚੁੱਕਿਆ ਹੁੰਦਾ ਹੈ ਅੱਜ ਮੈਂ ਤੇ ਤੁਸੀਂ ਵੀ ਇੱਕ ਬੀਜ ਆ ਜ਼ਰੂਰਤ ਹੈ ਕਿ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਖਤਮ ਕਰੀਏ ਤਾਂ ਕਿ ਪਰਮੇਸ਼ੁਰ ਸਾਡੇ ਵਿੱਚ ਦੀ ਹੋ ਕੇ ਉਹ ਤਾਕਤ ਕੰਮ ਕਰੇ ਔਰ ਸਾਡੇ ਵਿੱਚ ਦੀ ਭਲਾਈ ਉਤਪਨ ਕਰੇ ਸੋ ਆਈਏ ਅਸੀਂ ਇਕੱਠ ਬਾਤ ਕਰਨ ਦੇ ਪ੍ਰਾਰਥਨਾ ਦੇ ਵਿੱਚ ਦਇਆ ਦੇ ਸਾਗਰ ਧੰਨਵਾਦ ਕਰਦੇ ਹਾਂ ਆਪਣੀ ਸੁੰਦਰ ਸਮੇਂ ਦੇ ਲਈ ਤੁਸੀਂ ਅੱਜ ਦਾ ਸਮਾਂ ਸਾਡੇ ਲਈ ਅਗਿਆਨ ਕੀਤਾ ਕਿ ਅਸੀਂ ਇਸ ਜਗ੍ਹਾ ਤੇ ਬੈਠ ਕੇ ਤੇਰੀ ਆਰਾਧਨਾ ਮੀਟਿੰਗ ਸਾਸਨ ਕਰ ਸਕੀਏ ਪ੍ਰਭੂ ਧੰਨਵਾਦ ਕਰਦੇ ਬਹੁਤ ਸਾਰੇ ਭੈਣ ਭਾਈ ਆਗੇ ਦੇ ਪ੍ਰਭੂ ਜਿਹੜੇ ਸਾਰੇ ਨੇ ਸਭ ਉਹਨਾਂ ਦੀ ਮਦਦ ਸਹਾਇਤਾ ਕਰਨਾ ਪ੍ਰਭੂ ਜੀ ਸਹੀ ਸਲਾਮਤ ਇਸ ਜਗ੍ਹਾ ਤੇ ਲੈ ਕੇ ਆਉਣਾ ਤਾਂ ਕਿ ਅਸੀਂ ਮਿਲ ਕੇ ਤੇਰੀ ਆਰਾਧਨਾ ਪ੍ਰਸਤਿਸ਼ ਕਰ ਸਕੀਏ ਪ੍ਰਭੂ ਜੀ ਕਿ ਜਿੰਨਾ ਵੀ ਸਮਾਂ ਸਾਡੀ ਹਜ਼ੂਰੀ ਦੇ ਵਿੱਚ ਲਗਾਉਂਦੇ ਆ ਪ੍ਰਭੂ ਜੀ ਹੁਣ ਦੇ ਸੁਰਗ ਵਿੱਚ ਲਿਖਿਆ ਜਾਏ ਤੁਹਾਡੇ ਪੁੱਤਰ ਆਤਮਾ ਦੀ ਹਾਜ਼ਰੀ ਇਸ ਜਗ੍ਹਾ ਤੇ ਮੰਗਦੇ ਆ ਪ੍ਰਭੂ ਜੀ ਅਗਰ ਕੋਈ ਭੈਣ ਭਾਈ ਕਿਸੇ ਦੁੱਖ ਦੇ ਵਿੱਚ ਹੈ ਤਕਲੀਫ ਦੇ ਵਿੱਚ ਹੈ ਦਰਦ ਦੇ ਵਿੱਚ ਹੈ ਪ੍ਰਭੂ ਜੀ ਪ੍ਰਾਰਥਨਾ ਕਰਦੇ ਇਸ ਸਮੇਂ ਹਰ ਦਰਦ ਹਰ ਦੁੱਖ ਛਲਿਆ ਜਾਏ ਪ੍ਰਭੂ ਜੀ ਇੱਕ ਆਨੰਦ ਦੇ ਨਾਲ ਇੱਕ ਖੁਸ਼ੀ ਦੇ ਨਾਲ ਪ੍ਰਭੂ ਜੀ ਉਹ ਤੁਹਾਡੀ ਹਜ਼ੂਰੀ ਦੇ ਵਿੱਚ ਬੈਠ ਕੇ ਅਸੀਂ ਸਾਰੇ ਮਿਲ ਕੇ ਤੇਰੀ ਆਰਾਧਨਾ ਕਰ ਸਕੀਏ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਤੁਹਾਡੇ ਨਾਮ ਨੂੰ ਸਨਮਾਨ ਮਿਲੇ ਸਾਡਾ ਇੱਥੇ ਆਉਣਾ ਇੱਕ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਇਹ ਜੋ ਮੀਟਿੰਗ ਰੱਖੀ ਗਈ ਹੈ ਜਿਸ ਵੀ ਵਿਸ਼ੇ ਨਾਲ ਰੱਖੀ ਗਈ ਪ੍ਰਭੂ ਜੀ ਹੋਣੇ ਦੇ ਉਹ ਪ੍ਰਭੂ ਜੀ ਵਿਸ਼ਾ ਉਹ ਟੋਪਿਕ ਪ੍ਰਭੂ ਜੀ ਤੇਰੇ ਨਾਮ ਦੇ ਵਿੱਚ ਕੰਪਲੀਟ ਹੋਣੇ ਪਾਇਆ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਪ੍ਰਭੂ ਜੀ ਤੁਹਾਡੇ ਨਾਮ ਨੂੰ ਆਦਰ ਦੇਣੇ ਪ੍ਰਭੂ ਜੀ ਬਦਕਿ ਆਖਰੀ ਸਮੇਂ ਤੱਕ ਸਾਡੀ ਮਦਦ ਸਹਾਇਤਾ ਕਰ ਸਾਡੇ ਪਾਪ ਨੂੰ ਸੁਣੋ ਸਵੀਕਾਰ ਕਰੋ ਆਪਣੇ ਪਾਪ ਨੂੰ ਕੋਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਬੋਲੋ ਸਾਰੇ ਹਾਲੇਲੂਇਆ ਹਾਲੇਲੂਇਆ ਇੱਕ ਵਾਰ ਜ਼ੋਰਦਾਰ ਤਾੜੀ ਉਸ ਪਰਮੇਸ਼ਵਰ ਦੇ ਲਈ ਜ਼ਰੂਰ ਹੈ ਉਹ ਨਾਲ ਕਦੋਂ ਹੋਏਗਾ ਜਦੋਂ ਅਸੀਂ ਉਸਨੂੰ ਬੁਲਾਵਾਂਗੇ ਅਸੀਂ ਤਾਂ ਕਹਿਣਾ ਮੰਨਦੇ ਨਹੀਂ ਰੱਬ ਦਾ ਨਾਮ ਸਾਡੇ ਨਾਲ ਆ ਜਾਏਗਾ ਨਹੀਂ ਇਹ ਸਾਡੇ ਹੀ ਹੱਥ ਵਾਸਤੇ ਕਿ ਪਰਮੇਸ਼ੁਰ ਨੂੰ ਅਸੀਂ ਨਾਮ ਰੱਖਣਾ ਕਿ ਸਾਹਿਤ ਰੱਖਣਾ ਜਦੋਂ ਅਸੀਂ ਉਸਨੂੰ ਪਹਿਲ ਦੇਵਾਂਗੇ ਤਾਂ ਪਰਮੇਸ਼ੁਰ ਸਾਡੀ ਹਰ ਮੁਸ਼ਕਿਲ ਦੇ ਵਿੱਚ ਸਾਡਾ ਸਾਥ ਦੇ ਦੇਗਾ ਇੱਕ ਇਹਦਾ ਲਾਸਟ ਰੱਖਣਾ ਮੈਨੂੰ ਬਹੁਤ ਵਧੀਆ ਲੱਗਦਾ ਮੇਰੀ ਕਮਜ਼ੋਰੀਆਂ 'ਚ ਉਭਰਦੇ ਹੋ ਮੇਰੀ ਹੈ ਜਦੋਂ ਅਸੀਂ ਕਮਜ਼ੋਰ ਹੋ ਜਾਂਦੇ ਹਾਂ ਜਦੋਂ ਅਸੀਂ ਨਿਰਬਲ ਹੋ ਜਾਂਦੇ ਹਾਂ ਤਾਂ ਪਰਮੇਸ਼ੁਰ ਸਾਡੇ ਵਿੱਚ ਪਾਲ ਪਾਉਂਦੇ ਹਨ ਕਈ ਵਾਰੀ ਅਸੀਂ ਆਪਣੇ ਘਮਾਂਡ ਦੇ ਨਾਲ ਸੋਚਦੇ ਮੈਂ ਇਹ ਕਰਦਾ ਕਿ ਮੈਂ ਉਹ ਕਰਦਾ ਕਿ ਮੈਂ ਜੋ ਮੈਂ ਚਾਹਾਂ ਉਹ ਕਰ ਸਕਦਾ ਹੈ ਪਰ ਇਨਸਾਨ ਦਾ ਇੱਕ ਪਲ ਦਾ ਭਰੋਸਾ ਨਹੀਂ ਹੈ ਕਦੋਂ ਫੂਟ ਨਿਕਲ ਜਾਣੀ ਅੱਜ ਅਸੀਂ ਕਾਹਦਾ ਮਾਣ ਕਰਦੇ ਹਾਂ ਲੋੜ ਨਹੀਂ ਸਾਨੂੰ ਮਾਣ ਕਰਨ ਦੀ ਘਮਾਂਡ ਕਰਨ ਦੀ ਇਹ ਕਹੋ ਕਿ ਜਿੰਨੇ ਸਾਲ ਇੱਥੇ ਪ੍ਰਭੂ ਖੁਸ਼ੀ ਦੇ ਦਮੀ ਹੋਰ ਸਾਨੂੰ ਆਪਣੇ ਡਰ ਪੈਰ ਦੇ ਵਿੱਚ ਚੱਲਣ ਦੇ ਲਈ ਆਪਣਾ ਫਜ਼ਲ ਬਖਸ਼ੀ ਬੋਲੋ ਸਾਰੇ ਹਾਲੇਲੂਇਆ ਹਾਲੇਲੂਇਆ ਅੱਜ ਮੰਗਣਾ ਹੈ ਕਿ ਪ੍ਰਭੂ ਮੇਰੀ ਕਮ ਜਿਹੜਾ ਮੈਂ ਕਮਜ਼ੋਰ ਹਾਂ ਮੇਰਾ ਨਿਰਬਲ ਹਾਂ ਮੈਨੂੰ ਅੱਜ ਤੂੰ ਕੀ ਬਲ ਦੇ ਜਦੋਂ ਅਸੀਂ ਪਰਮੇਸ਼ੁਰ ਦੇ ਅੱਗੇ ਗਾੜੀ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰਾਂਗੇ ਬੇਨਤੀ ਕਰਾਂਗੇ ਤਾਂ ਮੇਰਾ ਪਰਮੇਸ਼ੁਰ ਤੁਹਾਡਾ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਨ ਵਾਲਾ ਪਰਮੇਸ਼ੁਰ ਹੈ ਉਹ ਹਮੇਸ਼ਾ ਹਾਂ ਔਰ ਆਮੀਨ ਦੇ ਵਿੱਚ ਉੱਤਰ ਦਿੰਦਾ ਹੈ ਖੁਦਾ ਬਰਕਤ ਦੇ ਸੋ ਅਗਲਾ ਪ੍ਰਸੰਗ ਸਾਡੇ ਵਿੱਚ ਕਰਦਾ ਹੈ ਜਸਟਿਨ ਜੀ ਆਈਏ ਪ੍ਰਭੂ ਦੀ ਮਹਿਮਾ ਲਈ ਗੀਤ ਗਾਵਾਂਗੇ ਜੀ ਕਰਦਾ ਹੈ ਪੰਛੀ ਹੋ ਜਾਵਾਂ ਆ
Yeah.
ਸਾਰੇ ਕੇ ਵੀ ਸਾਡੇ ਵਿੱਚ ਆ ਗਏ ਨੇ ਲੋਕ ਜਲਦ ਤੋਂ ਜਲਦੀ ਕੇ ਸਾਈਟ ਤੋਂ ਉਹਨਾਂ ਦਾ ਅਭਿਨੰਦਨ ਕਰ ਰਹੇ ਜਿੰਨੇ ਵੀ ਜਨ ਪ੍ਰਭੂ ਤੁਹਾਡੇ ਸੇਵਕ ਲੋਕ ਨੇ ਪੈਣਾ ਭਾਈ ਸਭ ਦੇ ਲਈ ਤੁਹਾਡਾ ਸ਼ੁਕਰ ਕਰਦਾ ਹੋਇਆ ਦੁਆ ਕਰਦਾ
will issue the Naam to all. दुनिया ने मुझसे
ਜ਼ੋਰਦਾਰ ਤਾੜੀ ਮਾਰੋ ਅੱਜ ਬਖਸ਼ਿਆ ਮੇਰੇ ਪਿਓ ਸ਼ਬਦ ਨਹੀਂ ਨਾ ਮੇਰੇ ਕੋਲ ਬੋਲਿਆ ਜਾ ਰਿਹਾ ਹੈ ਕਿਉਂਕਿ ਅੱਜ ਸਾਡੇ ਵਿੱਚ ਪ੍ਰਭੂ ਦੇ ਦਾਸ ਜਿਨ੍ਹਾਂ ਨੇ ਵੱਡਾ ਪਰਿਸ਼ਰਮ ਕਰਕੇ ਸੇਵਕਾਈ ਨੂੰ ਖੜਾ ਕੀਤਾ ਸੀ ਪਰ ਉਹਨਾਂ ਦੇ ਦੁਆਰਾ ਹੀ ਸੀ ਜਿਹੜੀ ਜੂਨ ਜੁਲਾਈ ਦੇ ਇੱਕ ਦਿਨ ਦੀ ਪ੍ਰੇਅਰ ਔਰ ਅਕਤੂਬਰ ਦੇ ਵਿੱਚ ਤਿੰਨ ਦਿਨ ਦੀ ਔਰ ਉਸ ਕੰਮ ਨੂੰ ਪ੍ਰਭੂ ਦੀ ਦਾਸੀ ਸਿਸਟਰ ਮੀਨਾ ਨੇ ਔਰ ਤੁਹਾਡੇ ਸਹਿਯੋਗ ਦੇ ਨਾਲ ਉਸ ਨੂੰ ਅੱਗੇ ਜਾਰੀ ਰੱਖਿਆ ਹੈ ਔਰ ਮੈਂ ਸਭ ਤੋਂ ਲਈ ਪ੍ਰਭੂ ਦਾ ਧੰਨਵਾਦ ਦਿੰਦਾ ਹਾਂ ਆਈ ਇੱਕ ਵਾਰ ਜ਼ੋਰ ਦੀ ਤਾੜੀ ਪਰਮੇਸ਼ਵਰ ਜੀ ਜਿਹੜੇ ਸੰਤਾਂ ਦੀ ਯਾਦ ਸਦਾ ਦੇ ਲਈ ਬਣੀ ਰਹਿੰਦੀ ਹੈ ਜਿਹੜੀਆਂ ਵੀ ਅੱਗੇ ਅਸੀਂ ਆਉਣ ਵਾਲੇ ਦਿਨਾਂ 'ਚ ਇੱਕ ਦਿਨ ਜਾਂ ਤਿੰਨ ਦਿਨ ਦੀ ਕਨਵੈਨਸ਼ਨਾਂ ਕਰਾਂਗੇ ਸਾਡੇ ਪ੍ਰਭੂ ਦੇ ਦਾਸ ਸਵਰਗੀ ਪਾਸਟਰ ਜੀਵਨ ਮਸੀਹ ਉਹਨਾਂ ਦੀ ਯਾਦ ਦੇ ਵਿੱਚ ਕਰਾਂਗੇ ਅਸੀਂ ਪ੍ਰਭੂ ਆਪ ਸਭ ਨੂੰ ਬਰਕਤ ਦੇ ਇਸੇ ਤਰ੍ਹਾਂ ਤੁਹਾਡਾ ਸਹਿਯੋਗ ਤੁਹਾਡਾ ਪਿਆਰ ਪ੍ਰਭੂ ਦੀ ਦਾਸੀ ਦੇ ਨਾਲ ਇਸ ਸੇਵਕਾਈ ਦੇ ਨਾਲ ਬਣਿਆ ਰਹੇਗਾ ਤਾਂ ਦਿਨ ਪ੍ਰਤੀ ਦਿਨ ਤੁਸੀਂ ਵੀ ਤਰੱਕੀ ਕਰੋਗੇ ਇਸ ਸੇਵਕਾਈ ਵੀ ਤਰੱਕੀ ਕਰੇਗੀ ਸਭ ਨੂੰ ਹਾਲੇਲੂਇਆ ਸੋ ਪ੍ਰਭੂ ਆਪ ਸਭ ਨੂੰ ਬਰਕਤ ਦੇ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਮੈਂ ਪ੍ਰਭੂ ਦੇ ਦਾਸ ਸਾਡੇ ਅੱਜ ਦੇ ਮੁੱਖ ਪ੍ਰਚਾਰਕ ਰੈਵਰੈਂਡ ਅਮਨ ਰਾਏ ਜੀ ਉਹਨਾਂ ਦਾ ਸਵਾਗਤ ਕਰਨਾ ਚਾਹਾਂਗਾ ਜੀ ਜ਼ੋਰ ਦੀ ਤਾਲੀ ਚੱਕ ਪ੍ਰਭੂ ਦੇ ਦਾਸ ਔਰ ਸਾਡੇ ਬਹੁਤ ਹੀ ਅਜੀਬ ਵੱਡੇ ਭਾਈ ਪ੍ਰਭੂ ਦੇ ਦਾਸ ਪਾਸਟਰ ਰਾਜਗਿਲ ਜੀ ਜੋ ਪ੍ਰਭੂ ਦੇ ਦਾਸ ਪਾਸਟਰ ਗਿਲ ਜੀ ਦੇ ਪਿਤਾ ਜੀ ਨੇ ਆਈਏ ਪ੍ਰਭੂ ਦੇ ਦਾਸ ਪਾਸਟਰ ਰਾਜਗਿਲ ਜੀ ਅੱਜ ਦੇ ਮੁੱਖ ਗੋਸਪਲ ਸਿੰਗਰ ਜਿਨ੍ਹਾਂ ਨੂੰ ਤੁਸੀਂ ਯੂਟਿਊਬ 'ਤੇ ਫੇਸਬੁੱਕ 'ਤੇ ਅਲੱਗ ਅਲੱਗ ਚੈਨਲਾਂ 'ਤੇ ਤੁਸੀਂ ਦੇਖਦੇ ਹੋ ਔਰ ਬਹੁਤ ਮੈਨੂੰ ਪਤਾ ਤੁਹਾਡਾ ਉਤਸ਼ਾਹ ਹੈ ਹੋਰ ਵੀ ਕਈ ਲੋਕ ਹਾਲੇ ਆ ਰਹੇ ਨੇ ਜਿਵੇਂ ਜਿਵੇਂ ਜਿਨ੍ਹਾਂ ਨੂੰ ਪਤਾ ਲੱਗਾ ਹੈ ਖਾਸ ਕਰਕੇ ਸੁਣਨ ਦੇ ਲਈ ਸੋ ਤੁਹਾਡਾ ਪਿਆਰ ਕਿੰਨਾ ਕੁ ਹੈ ਤੁਹਾਡੀ ਤਾਲੀ ਤੋਂ ਪਤਾ ਲੱਗੇਗਾ ਜੋ ਪਾਸ ਫੇਲ ਦੇ ਲਈ ਹੈ ਤੁਹਾਡੀ ਤਾਲੀ ਤੋਂ ਇਹ ਪਤਾ ਲੱਗਦਾ ਕਿ ਗਿਆਰਾਂ ਪਿਆਰ ਪਾਸ ਫੇਲ ਦੇ ਨਾਲ ਸਭ ਤੋਂ ਹਾਲੇ ਹੋਈ ਹੈ ਪ੍ਰਭੂ ਆਪਣਾ ਬਰਕਤ ਦੇ ਸੱਤ ਸਪਿਰਿਟ ਨੂੰ ਇਹਨਾਂ ਦਿਨਾਂ ਵਿੱਚ ਪ੍ਰਭੂ ਆਪਣੇ ਦਾਸ ਨੂੰ ਮੁਹਤਾਤ ਦੇ ਨਾਲ ਇਸਤੇਮਾਲ ਕਰ ਰਿਹਾ ਹੈ ਔਰ ਇੱਕ ਖੂਬੀ ਜਿਹੜੀ ਇਹਨਾਂ ਦੀ ਮੈਨੂੰ ਵਧੀਆ ਲੱਗੀ ਜਿਹਦੇ ਲਈ ਮੈਂ ਬਹੁਤ ਪ੍ਰਭੂ ਦਾ ਔਰ ਇਹਨਾਂ ਦੇ ਪਿਤਾ ਜੀ ਦਾ ਇਹਨਾਂ ਦੇ ਦੁਆਰਾ ਪਾਸ ਫੇਲ ਜੀ ਨੂੰ ਸਿੱਖਿਆ ਮਿਲੀ ਜਦੋਂ ਇਹਨਾਂ ਨਾਲ ਮੈਂ ਗੱਲ ਕੀਤੀ ਕਿ ਜਦੋਂ ਤੁਸੀਂ ਪ੍ਰੋਗਰਾਮ 'ਤੇ ਜਾਂਦੇ ਜਾਂ ਕਿਸੇ ਜਗ੍ਹਾ 'ਤੇ ਅਸੀਂ ਤੁਹਾਨੂੰ ਆਰਾਧਨਾ ਦੇ ਲਈ ਬੁਲਾਈਏ ਅਤੇ ਕੀ ਪੇਮੈਂਟ ਹੋਵੇ ਇਹਦੇ ਕੱਲ੍ਹ ਦੀ ਮੀਟਿੰਗ ਦੇ ਵਿੱਚ ਪੁੱਛਿਆ ਔਰ ਇੱਕ ਸ਼ਬਦ ਇਹਨਾਂ ਨੇ ਕਿਹਾ ਆਪਾਂ ਇਬਾਦਤ ਕਰਨੀ ਆਪਾਂ ਕਰਨੀ ਹੈ ਬੰਦਗੀ ਕਰਨੀ ਇਬਾਦਤ ਕਰਨੀ ਹੈ ਔਰ ਬੰਦਗੀ ਦਾ ਕੋਈ ਪੈਸਾ ਨਹੀਂ ਹੁੰਦਾ ਸਭ ਲੁਹਾ ਲੈ ਗਏ ਅੱਜ ਇਹਨਾਂ ਸ਼ਬਦਾਂ ਦੇ ਜ਼ੋਰ ਦੀ ਤਾਲੀ ਬੈਂਕ ਮਜਬੂਰੀਆਂ ਹੁੰਦੀਆਂ ਜਾਂ ਕੋਈ ਵੀ ਤੰਗ ਹੈ ਕਈ ਵਾਰੀ ਕੁਛ ਜਿਹੜੇ ਨੇ ਗੋਸਪਲ ਸਿੰਗਰ ਜਾਂ ਕਲਾਕਾਰ ਪੈਸੇ ਦੀ ਡਿਮਾਂਡ ਕਰਦੇ ਨੇ ਦੈਟ ਮੈਟਰ ਫੋਰ ਦੈਮ ਜੇ ਉਹਨਾਂ ਦੇ ਲਈ ਫਿਰ ਪ੍ਰਭੂ ਦੇ ਦਾਸ ਦੀ ਕਈ ਹੋਈ ਗੱਲ ਨੇ ਮੈਨੂੰ ਇੰਨਾ ਕੁ ਉਤਸ਼ਾਹਿਤ ਕੀਤਾ ਔਰ ਜਿੱਥੇ ਵੀ ਮੈਨੂੰ ਕੋਈ ਬੁਲਾਉਣ ਦੇ ਬਾਰੇ ਪੁੱਛਦਾ ਹੈ ਤਾਂ ਮੈਂ ਬਹੁਤ ਜਲਦੀ ਇਹਨਾਂ ਨੂੰ ਰਿਕਮੈਂਡ ਕਰਦਾ ਹਾਂ ਪ੍ਰਭੂ ਬਰਕਤ ਦੇਵੇ ਬਸ ਰਾਜ ਕੇ ਜੀ ਜੋ ਮੇਰੇ ਪਿਤਾ ਜੀ ਦੀ ਸੇਵਕਾਈ ਦੇ ਦੌਰਾਨ ਅੱਜ ਤੋਂ ਤਕਰੀਬਨ 30 ਤੋਂ 35 ਸਾਲ ਹੋ ਗਏ 35 ਸਾਲ ਜਦੋਂ ਤੋਂ ਪ੍ਰਭੂ ਦੇ ਦਾਸ ਦੇ ਨਾਲ ਜੁੜੇ ਸੀ ਪ੍ਰਭੂ ਨੇ ਇਹਨਾਂ ਨੂੰ ਬਹੁਤ ਵਧੀਆ ਸੇਵਕਾਈ ਦਿੱਤੀ ਆਪਣੇ ਭਜਨ ਦੇ ਦੌਰਾਨ ਤਾਂ ਦੱਸਣਗੇ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਇਸ ਸਮੇਂ ਮੈਂ ਦੁਆ ਦੇ ਲਈ ਬੁਲਾਵਾਂਗਾ ਸਾਡੇ ਬਹੁਤ ਹੀ ਅਜੀਬ ਬਜ਼ੁਰਗ ਪ੍ਰਭੂ ਦੇ ਦਾਸ ਪਾਸਟਰ ਸ਼ੌਂਕੀ ਜੀ ਅੱਗੇ ਆਉਣਗੇ ਔਰ ਪ੍ਰਭੂ ਦੇ ਨਾਮ ਦੇ ਵਿੱਚ ਦੁਆ ਕਰਨਗੇ ਇਸ ਚੱਲਦੀ ਨੂੰ ਸਭਾ ਦੇ ਲਈ ਔਰ ਆਰਾਧਨਾ ਦੇ ਲਈ ਪਾਸਟਰ ਸ਼ੌਂਕੀ ਨੂੰ ਵੀ ਅਸੀਂ ਪ੍ਰਾਰਥਨਾ ਕਰਾਂਗੇ ਸਤਿ ਸ਼੍ਰੀ ਮਾਨ ਸ੍ਰਿਸ਼ਟੀ ਦੇ ਖਾਲਿਕ ਦੇ ਮਾਲਿਕ ਜਿੰਦਾ ਮਿਹਰਬਾਨ ਰਹਿਣ ਦੇ ਸਾਡੇ ਕਿਰਪਾ ਦਾਨ ਸ਼ਾਂਤੀ ਦੇ ਰਾਜਕੁਮਾਰ ਰਹਿਣ ਦੇ ਸਾਬਤ ਕੋਲ ਪਰਮੇਸ਼ਰ ਪਵਿੱਤਰ 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 ਤੇ ਰਾਜ ਦਾ ਬਾਤ ਕਰਨੇ ਕਿਤਾਬ ਅੱਜ ਦੇ ਚੰਗੇ ਸਮੇਂ ਦੀ ਤੇਰੇ ਸ਼ੁਕਰ ਗੁਜ਼ਾਰ ਹਾਂ ਪੁੱਤਰ ਜੋ ਤੂੰ ਸਾਡੀਆਂ ਜ਼ਿੰਦਗੀਆਂ 'ਚ ਵਰਸਿਆ ਕਰੋ ਸਾਨੂੰ ਜਗ੍ਹਾ ਜਗ੍ਹਾ ਤੋਂ ਇਕੱਠਿਆਂ ਦਿੱਤਾ ਇਸ ਪਵਨ ਵਿੱਚ ਲੈ ਕੇ ਆਇਆ ਅਸੀਂ ਤੇਰਾ ਧੰਨਵਾਦ ਤੇਰੀ ਮਿਹਰਮਾ ਅਤੇ ਵਡਿਆਈ ਕਰਨੇ ਕਿਤਾਬਾਂ ਤੇਰੇ ਦਾਸਾਂ ਦਾ ਇਸ ਘਰ ਲਈ ਪਰਿਵਾਰ ਲਈ ਇਸ ਕਲੀਸਿਆ ਲਈ ਇਸ ਚਰਚ ਦੇ ਲਈ ਇੱਕ ਆਸ਼ਿਸ਼ ਔਰ ਬਰਕਤਾਂ ਦਾ ਕਿਤਾਬਾਂ ਦੇ ਅਸੀਂ ਸਾਰੇ ਜਨ ਮਿਲ ਕੇ ਇੱਕ ਮਨ ਹੋ ਕੇ ਤੇਰੀ ਜੋੜੀ ਚਾਹੁੰਦੇ ਤੇਰੇ ਕਦਮਾਂ ਨੂੰ ਚਾਹੁੰਦੇ ਤੇਰੇ ਵੱਡੇ ਨਾਂ ਨੂੰ ਯਾਦ ਕਰਦੇ ਪਿਤਾ
ਜਿਹੜੇ ਨਾਮ ਤੋਂ ਸਿਫਾ ਸਰਕਾਰਾ ਆਨੰਦ ਦੇ ਜੀਵਨ ਹੈ ਤੇਰੇ ਲਹੂ ਤੋਂ ਸਕਦੇ। ਬਾਕੀ ਦੇ ਸਮੇਂ ਨੂੰ ਮੈਂ ਤੇਰੇ ਜ਼ੋਰ ਵਰਤ ਜਾਣੀ ਹੱਥਾਂ ਸੌਂਦਾ ਲਵੋ। ਤੇਰਾ ਅਰਦਾਸ ਜੋ ਵੀ ਬੱਚਾ ਲੈ ਕੇ ਆਵੇ ਤਾਂ ਉਹ ਤੇਰੇ ਵੱਲੋਂ ਹੋਵੇ, ਸਾਡੇ ਸਾਰਿਆਂ ਦੀ ਕਾਸ਼ਿਸ਼ ਔਰ ਬਰਕਤ ਦਾ ਕੰਮ ਹੋਵੇ। ਇਸ ਸਾਊਂਡ ਸਿਸਟਮ ਨੂੰ ਤੇਰੇ ਆਏ ਲੋਕਾਂ ਨੂੰ ਇਹ ਪ੍ਰਾਰਥਨਾ ਕਰਦਾ ਪਵੋ, ਜਿਹੜੇ ਵੀ ਲੋਕ ਆਏ ਨੇ ਨਾਮ ਬਨਾਮ ਸਭ ਨੂੰ ਬਰਕਤ ਦੇਈ, ਕੋਈ ਵੀ ਚੰਦ ਤੇਰੀ ਬਰਕਤ ਵਾਲੀ ਨਹੀਂ। ਦੁੱਧ ਵਾਲੇ ਨੂੰ ਦੁੱਧ, ਪੁੱਤ ਵਾਲੇ ਨੂੰ ਪੁੱਤ, ਕੰਮ ਵਾਲੇ ਨੂੰ ਕੰਮ, ਚੰਗਿਆਈ ਵਾਲੇ ਨੂੰ ਚੰਗਿਆਈ। ਰੱਬ ਦਾ ਤੇਰਾ ਨਾਮ ਉੱਚਾ ਹੋਵੇ, ਤੇਰੇ ਨਾਮ ਨੂੰ ਮਹਿਮਾ ਮਿਲੇ, ਜਲਾਲ ਮਿਲੇ, ਕਿਉਂਕਿ ਤੂੰ ਹੀ ਆਦਰ ਕੇ ਯੋਗ ਹੈ, ਤੂੰ ਹੀ ਮਹਿਮਾ ਕੇ ਯੋਗ ਹੈ, ਤੂੰ ਹੀ ਵਡਿਆਈ ਕੇ ਯੋਗ ਹੈ, ਤੇਰਾ ਹੀ ਨਾਮ ਹੋਵੇ। ਪ੍ਰਭ ਯਸੁ ਮਸੀਹ ਨਾਸੀ ਦੇ ਬਾਅਦ ਵਿੱਤਰ ਨਾਚ ਮੰਗਦੇ ਹਾਂ, ਆਮੇਨ। ਆਈਏ ਤੁਹਾਡੇ ਜੋਰ ਦੇ ਪਿੱਛੋਂ ਸਾਰੇ ਪਾਸੋਂ ਤਾਲੀ ਦਿੰਦੇ ਜੋਰ।